ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਦੋਸਤੋ ਆਮੂਮਨ ਜਦ ਕਦੇ ਵੀ ਅਸੀਂ NDPS ਦੀ ਖਬਰ ਪੜ੍ਹਦੇ ਜਾਂ ਸੁਣਦੇ ਹਾਂ ਜਾਂ ਬੀਬੀ ਬੱਤੀ ਨਵਾਂ ਸ਼ਹਿਰ ਤੇ ਦੇਖਦੇ ਹਾਂ ਤਾਂ ਨਾਰਮਲੀ ਵਿਊਅਰਸ ਦੇ ਮਨ ਵਿੱਚ ਖਿਆਲ ਆਉਂਦਾ ਕਿ ਜਿਹੜਾ ਇਹ ਨਸ਼ਾ ਫੜਿਆ ਗਿਆ ਜਿਹੜੀ ਇਹ ਖੇਪ ਫੜੀ ਗਈ ਹੈ ਪੁਲਿਸ ਇਸ ਦਾ ਕੀ ਕਰਦੀ ਹੈ ਤਾਂ ਅੱਜ ਇਸ ਖਬਰ ਰਾਹੀਂ ਤੁਹਾਨੂੰ ਦੱਸਦੇ ਹਾਂ ਕਿ ਸ਼੍ਰੀ ਸੁਰਿੰਦਰਪਾਲ ਸਿੰਘ ਪਰਮਾਰ IPS ਇੰਸਪੈਕਟਰ ਜਨਰਲ ਪੁਲਿਸ ਲੁਧਿਆਣਾ ਰੇਂਜ ਜੀ ਨੇ ਦੱਸਿਆ ਕਿ ਜਦੋਂ NDPS ਐਕਟ ਤਹਿਤ ਮੁਕੱਦਮਾ ਦਰਜ ਹੁੰਦਾ ਹੈ ਤਾਂ ਦੋਸ਼ੀ ਅਤੇ ਮੁਕੱਦਮੇ ਦਾ ਮਾਲ ਹਸਬ ਜਾਬਤਾ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ ਅਤੇ ਮਾਣਯੋਗ ਅਦਾਲਤ ਪਾਸੋਂ ਮਾਲ ਨੂੰ ਨਸ਼ਟ ਕਰਨ ਦੇ ਹੁਕਮ ਹਾਸਲ ਕੀਤੇ ਜਾਂਦੇ ਹਨ। ਅਜਿਹੇ ਮਾਲ ਮੁਕੱਦਮਾਤ ਨੂੰ ਨਸ਼ਟ ਕਰਨ ਲਈ ਮਾਣਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਰੇਂਜ ਦਫ਼ਤਰ ਲੁਧਿਆਣਾ ਵੱਲੋਂ ਜ਼ਿਲ੍ਹਾ ਪੱਧਰ 'ਤੇ ਡਰੱਗ ਡਿਸਪੋਜ਼ਲ ਕਮੇਟੀਆਂ ਦਾ ਗਠਨ ਕੀਤਾ ਗਿਆ। ਮਾਣਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਰੇਂਜ ਅਧੀਨ ਆਉਂਦੇ ਜ਼ਿਲ੍ਹਿਆਂ ਖੰਨਾ, ਲੁਧਿਆਣਾ ਦਿਹਾਤੀ ਅਤੇ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਾਲ 2022 ਵਿੱਚ ਮਿਤੀ 3/10/2022 ਤੱਕ NDPS ਐਕਟ ਤਹਿਤ ਦਰਜ 311 ਮੁਕੱਦਮਿਆਂ ਦੇ ਜਿਹੜੇ ਮਾਲ ਨੇ ਉਹ ਨਸ਼ਟ ਕੀਤੇ ਗਏ। ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿੰਨਾ ਮਾਲ ਬਰਾਮਦ ਹੋਇਆ ਸੀ, ਕਿਹੜਾ ਕਿਹੜੇ ਨਸ਼ੇ ਦਾ ਮਾਲ ਬਰਾਮਦ ਹੋਇਆ ਸੀ ਅਤੇ ਉਹ ਨਸ਼ਟ ਕਰਨ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਤੁਹਾਨੂੰ ਤਸਵੀਰਾਂ ਵਿੱਚ SSP ਸ਼੍ਰੀ ਭਾਗੀਰਥ ਸਿੰਘ ਮੀਨਾ ਨਜ਼ਰ ਆ ਰਹੇ ਹਨ, SPD ਡਾਕਟਰ ਮੁਕੇਸ਼ ਜੀ ਨਜ਼ਰ ਆ ਰਹੇ ਹਨ ਅਤੇ DSP ਹਰਸ਼ਪ੍ਰੀਤ ਤਸਵੀਰਾਂ ਵਿੱਚ ਆਪਣੀ ਟੀਮ ਦੇ ਨਾਲ ਤੁਹਾਨੂੰ ਜਿਹੜੇ ਤਸਵੀਰਾਂ ਨਜ਼ਰ ਆ ਰਹੀਆਂ ਹਨ ਤੁਹਾਨੂੰ ਦੱਸਦੇ ਹਾਂ ਕਿ ਕਿਹੜਾ ਕਿਹੜਾ ਮਾਲ ਨਸ਼ਟ ਕੀਤਾ ਗਿਆ। ਤਾਂ ਦੱਸ ਦਿੰਦੇ ਹਾਂ ਜੀ, ਹੀਰੋਇਨ 8 ਕਿਲੋ 468 ਗ੍ਰਾਮ ਨਸ਼ਟ ਕੀਤੀ ਗਈ ਹੈ। ਪੋਪੀ ਹਸਕ 15 ਕੁਆਂਟਲ 61 ਕਿਲੋ 355 ਗ੍ਰਾਮ, ਇੰਟੋਕਸੀਕੈਂਟ ਪਾਊਡਰ ਨਸ਼ਾ 24 ਕਿਲੋ 777 ਗ੍ਰਾਮ, ਓਪੀਅਮ ਜਿਹਨੂੰ ਅਫੀਮ ਵੀ ਕਿਹਾ ਜਾਂਦਾ 69 ਕਿਲੋ 25 ਗ੍ਰਾਮ, ਸਮੈਕ 514 ਗ੍ਰਾਮ, ਚਰਸ 4 ਕਿਲੋ 897 ਗ੍ਰਾਮ, ਪਿਲਸ ਜਾਂ ਕੈਪਸੂਲ ਕਹਿ ਲਈਏ 63,113 ਕੈਪਸੂਲ ਅਤੇ ਪਿਲਸ, ਗੋਲੀਆਂ ਅਤੇ ਕੈਪਸੂਲ 63,113 ਜਿਹੜੇ ਨਸ਼ਟ ਕੀਤੇ ਗਏ ਆ। ਗਾਂਜਾ 1 ਕੁਆਂਟਲ 37 ਕਿਲੋ 463 ਗ੍ਰਾਮ, ਪੋਪੀ ਹਸਕ ਪਲਾਂਟ 68 KG, ਪੋਪੀ ਹਸਕ ਪਲਾਂਟਸ 68 ਕਿਲੋ ਜਿਹੜੇ ਨਸ਼ਟ ਕੀਤੇ ਗਏ ਆ। ਇੰਜੈਕਸ਼ਨ ਜਾਂ ਵੈਲਸ ਕਹਿ ਲਈਏ ਜਿਹਨੂੰ ਸ਼ੀਸ਼ਿਆਂ ਵੀ ਕਿਹਾ ਜਾਂਦਾ 1,644 ਇਹ ਜਿਹੜੇ ਨਸ਼ਟ ਕੀਤੇ ਗਏ ਆ। ਔਰ ਇਹ ਸਾਰਾ ਤੁਸੀਂ ਵੇਰਵਾ ਸੁਣ ਲਿਆ ਕਿ ਇੰਨਾ ਨਸ਼ਾ ਜਿਹੜਾ ਭਾਰੀ ਮਾਤਰਾ ਵਿੱਚ 311 ਮੁਕੱਦਮਿਆਂ ਵਿੱਚ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਸੀ, ਬਰਾਮਦ ਕੀਤਾ ਗਿਆ ਸੀ। NDPS ਐਕਟ ਜਦੋਂ ਪਰਚੇ ਹੁੰਦੇ ਆ ਤਾਂ ਇਹ ਸਾਰਾ ਜਿਹੜਾ ਮਾਲ ਆ ਇਹ ਨਸ਼ਟ ਕੀਤਾ ਗਿਆ। ਇੰਸਪੈਕਟਰ ਜਨਰਲ ਪੁਲਿਸ ਲੁਧਿਆਣਾ ਰੇਂਜ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਸ਼ਿਆਂ ਦਾ ਸੇਵਨ ਅਤੇ ਸਮਗਲਿੰਗ ਕਰਨ ਵਾਲਿਆਂ ਦੇ ਖਿਲਾਫ ਆਰੰਭੀ ਗਈ ਜਿਹੜੀ ਮੁਹਿੰਮ ਆ ਉਹ ਲਗਾਤਾਰ ਜਾਰੀ ਹੈ ਅਤੇ ਪੁਲਿਸ ਪੱਬਾਂ ਭਾਰ ਹੈ ਕਿ ਪੰਜਾਬ ਵਿੱਚੋਂ ਨਸ਼ੇ ਦਾ ਖਾਤਮਾ ਜਿਹੜਾ ਕਰਨਾ ਹੈ ਅਤੇ ਜਿਹੜੀ ਜਵਾਨੀ ਹੈ ਉਹਨੂੰ ਲੀਹਾਂ 'ਤੇ ਲੈ ਕੇ ਆਉਣਾ। ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਦੋਂ 311 ਮੁਕੱਦਮਿਆਂ ਵਿੱਚ ਜਿਹੜਾ NDPS ਮੁਕੱਦਮਿਆਂ ਵਿੱਚ ਮਾਮਲੇ ਜਿਹੜੇ ਦਰਜ ਹੋਏ ਉਹਨਾਂ ਵਿੱਚ ਜਿਹੜਾ ਨਸ਼ਾ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਉਹਨੂੰ ਨਸ਼ਟ ਕੀਤਾ ਗਿਆ।